ਜੇ ਆਪਦੀ ਸੰਗਤ ਵਿੱਚੋਂ ਕਿਸੇ ਦੀ ਹਿੱਲ ਜੁਲ ਹੋਵੇਗੀ ਤੇ ਸਾਨੂੰ ਬੋਲਣ ਦੇ ਵਿੱਚ ਮੁਸ਼ਕਲ ਆਵੇਗੀ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਬੜੇ ਪਿਆਰ ਨਾਲ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਹਨ। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਨ, ਬੁਲੰਦ ਆਵਾਜ਼ ਵਿੱਚ ਪੱਤੇ ਸਾਂਝੇ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸਨ 1469 ਨੂੰ 1469 ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਬਾਬਾ ਕਲਿਆਣ ਦਾਸ ਜੀ ਦੇ ਘਰ ਹੋਇਆ। ਜਿਹੜਾ ਇਹ ਰਾਏ ਭੋਏ ਚੌਧਰੀ ਸੀ, ਇਹ ਤਲਵੰਡੀ ਦੇ ਆਸ ਪਾਸ ਜਿੰਨੇ ਵੀ ਪਿੰਡ ਸਨ ਉਹਨਾਂ ਸਾਰੇ ਪਿੰਡਾਂ ਦੀਆਂ ਜ਼ਮੀਨਾਂ ਦਾ ਇਹ ਮਾਲਕ ਸੀ। ਇਸ ਰਾਏ ਭੋਏ ਦਾ ਇੱਕ ਬੇਟਾ ਸੀ ਰਾਏ ਗੁਲਾਰ, ਜਿਸਦੇ ਕੋਲ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਿਹੜਾ ਆਪਣਾ ਨਿੱਜੀ ਪਿੰਡ ਸੀ, ਪਿਛਲਾ ਪਿੰਡ ਸੀ, ਉਹ ਸੀ ਪਿੰਡ ਪੱਠੇ ਪਿੰਡ, ਜੋ ਹੁਣ ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਪੈਂਦਾ ਹੈ, ਜਿਸ ਨੂੰ ਡੇਰਾ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਨਕਾ ਪਿੰਡ ਸੀ, ਮਾਤਾ ਤ੍ਰਿਪਤਾ ਜੀ ਦਾ ਪਿੰਡ ਸੀ, ਉਹ ਹੈ ਪਿੰਡ ਚਾਹਲ, ਜੋ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਭੈਣ ਸੀ, ਜਿਸਦਾ ਨਾਂ ਅਸੀਂ ਜਾਣਦੇ ਹਾਂ ਬੀਬੀ ਨਾਨਕੀ ਦੀ, ਜੋ ਗੁਰੂ ਨਾਨਕ ਸਾਹਿਬ ਜੀ ਦੇ ਨਾਲੋਂ ਉਮਰ ਵਿੱਚ 5 ਸਾਲ ਵੱਡੇ ਸਨ, 5 ਸਾਲ ਉਹਨਾਂ ਤੋਂ ਉਹ ਵੱਡੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਅਵਸਥਾ ਦੇ ਵਿੱਚ ਬਹੁਤ ਕੌਤਕ ਵਰਤਾਏ ਔਰ ਗੁਰੂ ਨਾਨਕ ਸਾਹਿਬ ਜੀ ਨੇ ਸਨ 1507 ਤੋਂ ਲੈ ਕੇ 1507 ਤੋਂ ਲੈ ਕੇ ਸਨ 1521 ਤੱਕ 1521 ਤੱਕ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਵੱਲ, ਜੋਗੀਆਂ ਦੇ ਧਾਰਮਿਕ ਅਸਥਾਨਾਂ ਵੱਲ, ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਵੱਲ ਪ੍ਰਚਾਰ ਫੇਰੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਥਾਂ ਪਰ ਥਾਂ ਜਾ ਕੇ ਲੋਕਾਂ ਨੂੰ ਸੁਨੇਹਾ ਦਿੰਦੇ ਰਹੇ ਕਿ ਭਾਈ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ। ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ, ਕਰਮ ਕਾਂਡਾਂ ਦੇ ਵਿੱਚੋਂ ਕੱਢਦੇ ਰਹੇ। ਜਿਹੜੇ ਲੋਕ ਵਹਿਮਾਂ ਭਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਸਨ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧਿਤ ਪੌੜੀਆਂ ਲਿਖੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿਸ ਵਾਸਤੇ ਹੋਇਆ? ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਦੋਂ ਸਮਾਜਿਕ ਹਾਲਾਤ ਵੀ ਬਹੁਤ ਬੁਰੇ ਸਨ, ਧਾਰਮਿਕ ਹਾਲਾਤ ਵੀ ਬਹੁਤ ਬੁਰੇ ਸਨ ਔਰ ਰਾਜਨੀਤਿਕ ਹਾਲਾਤ, ਪੋਲੀਟੀਕਲ ਹਾਲਾਤ ਵੀ ਬਹੁਤ ਬੁਰੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੇ ਲੋਕਾਂ ਨੂੰ ਵੀ ਸਮਝਾਇਆ, ਧਾਰਮਿਕ ਲੋਕਾਂ ਨੂੰ ਵੀ ਸਮਝਾਇਆ ਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਹੁਣ ਦੇਖੋ, ਜਦੋਂ ਬਾਬਰ ਐਮਨਾਬਾਦ ਉੱਤੇ ਆ ਕੇ ਹਮਲਾ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਬਾਣੀ ਦੇ ਸੰਬੰਧਿਤ, ਭਾਵ ਕਿ ਬਾਬਰ ਦੇ ਹਮਲੇ ਦੇ ਵਰਤਾਏ 4 ਸ਼ਬਦ ਬਾਣੀ ਦੇ ਵਿੱਚ ਉਚਾਰਨ ਕੀਤੇ ਹਨ। ਗੁਰਦੇਵ ਕਹਿੰਦੇ, ਖੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ ਡਰਾਇਆ, ਪਹਿਲਾ ਸ਼ਬਦ। ਦੂਜਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸਦਾ ਕਰੀ ਧਿਆਨ ਵੈ ਲਾਲੂ, ਤੀਜਾ ਸ਼ਬਦ। ਕਹਾ ਸੁਖੇਲ ਤਬੇਲਾ ਕੋੜੇ ਕਹਾ ਮੇਰੀ ਸਹਿਨਾਈ, ਚੌਥਾ ਸ਼ਬਦ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, 4 ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਇਸਦੇ ਪ੍ਰਥਾਏ ਉਚਾਰਨ ਕੀਤੇ ਹਨ, ਜਿਸ ਨੂੰ ਇਤਿਹਾਸਕਾਰ ਬਾਬਰ ਵਾਲੀ ਵੀ ਕਹਿੰਦੇ ਹਨ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਕੈਦੀ ਬਣਾ ਦਿੱਤਾ। ਹੁਣ ਬਾਬਰ ਦੇ ਨਾਲ ਵੀ ਉੱਥੇ ਗੱਲਬਾਤ ਹੋਈ ਹੋਏਗੀ, ਐਮਨਾਬਾਦ ਦੇ ਵਿੱਚ ਲੋਕਾਂ ਦੇ ਨਾਲ ਵੀ ਗੱਲਬਾਤ ਹੋਈ,
ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸੰਸਾਰ ਦੇ ਅੰਦਰ ਹੋਣਾ ਸੀ, ਸਮਾਜਿਕ ਧਾਰਮਿਕ ਰਾਜਨੀਤਿਕ ਹਾਲਾਤ ਬਹੁਤ ਵਿਗੜੇ ਹੋਏ ਸਨ। ਭਾਈ ਗੁਰਦਾਸ ਜੀ ਕਹਿੰਦੇ ਮਾਨੋ ਧਰਤੀ ਅਕਾਲ ਪੁਰਖ ਅੱਗੇ ਕੁਰਲਾ ਰਹੀ ਸੀ, ਰੋ ਰਹੀ ਸੀ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਧਰਤੀ ਦਾ ਸਿਰਫ ਇੱਕ ਪੈਰ ਰਹਿ ਗਿਆ ਹੋਵੇ। ਜਦੋਂ ਸੰਸਾਰ ਦੇ ਅੰਦਰ 100% ਲੋਕ ਸਹੀ ਸਨ, ਧਰਤੀ ਦੇ 4 ਪੈਰ ਸੀ। ਜਦੋਂ ਲੋਕ ਸਹਿਜੇ ਸਹਿਜੇ ਗਲਤ ਰਾਹ ਵਾਲੇ ਪਾਸੇ, ਬੁਰੇ ਕੰਮਾਂ ਵਾਲੇ ਪਾਸੇ ਆਉਣਾ ਸ਼ੁਰੂ ਹੋਏ ਤੇ ਧਰਤੀ ਦਾ ਇੱਕ ਪੈਰ ਰਹਿ ਗਿਆ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਧਰਤੀ ਅਕਾਲ ਪੁਰਖ ਅੱਗੇ ਅਰਦਾਸ ਕਰ ਰਹੀ ਹੋਵੇ। ਜਿਨ੍ਹਾਂ ਲੋਕਾਂ ਉੱਤੇ ਅਤਿਆਚਾਰ ਹੁੰਦਾ ਸੀ ਉਹ ਲੋਕ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਣਗੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਅਤਿਆਚਾਰ ਹੋ ਰਿਹਾ। ਤੇ ਲੋਕਾਂ ਦੀਆਂ ਪੁਕਾਰਾਂ ਸੁਣ ਕੇ, ਧਰਤੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਭਾਈ ਗੁਰਦਾਸ ਜੀ ਲਿਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ। ਲੋਕਾਂ ਦੀਆਂ ਪੁਕਾਰਾਂ ਸੁਣ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ। ਪਠਾਇਆ ਦਾ ਮਤਲਬ ਹੁੰਦਾ ਹੈ ਭੇਜਣਾ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ। ਚਰਨ ਤੋਏ ਰਹਿ ਰਾਸ ਕਰ ਚਰਨਾ ਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਇਸ ਦੁਨੀਆਂ ਨੂੰ ਬਣਾ ਕੇ ਇਸ ਦੁਨੀਆਂ ਦੇ ਵਿੱਚ ਵਸਿਆ ਹੋਇਆ ਹੈ, ਦੁਨੀਆਂ ਨੂੰ ਚਲਾ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਜੋੜਿਆ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਜਿਹੜੇ ਲੋਕ ਵੱਖ ਵੱਖ ਧਰਮਾਂ ਦੇ ਵਿੱਚ ਵੰਡੇ ਹੋਏ ਸਨ, ਜਿਹੜੇ ਲੋਕ ਵੱਖ ਵੱਖ ਆਪਣੀ ਕੈਟਾਗਰੀ ਬਣਾ ਕੇ ਬੈਠੇ ਹੋਏ ਸੀ, ਕੋਈ ਕਹਿੰਦਾ ਹੈ ਮੈਂ ਬ੍ਰਾਹਮਣ ਹਾਂ, ਕੋਈ ਕਹਿੰਦਾ ਹੈ ਮੈਂ ਖੱਤਰੀ ਹਾਂ, ਕੋਈ ਕਹਿੰਦਾ ਮੈਂ ਵੈਸ਼ ਹਾਂ, ਤੇ ਚੌਥੀ ਕੈਟਾਗਰੀ ਸ਼ੂਦਰ ਦੀ ਸੀ। ਧਾਰਮਿਕ ਗ੍ਰੰਥ ਪੜ੍ਹਨ ਦੀ ਇਜਾਜ਼ਤ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ, ਪੁਜਾਰੀ ਦੇ ਕੋਲ ਸੀ, ਹੋਰ ਕੋਈ ਧਾਰਮਿਕ ਗ੍ਰੰਥ ਨਹੀਂ ਸੀ ਪੜ੍ਹ ਸਕਦਾ। ਖੱਤਰੀ ਦੇ ਕੋਲ ਅਧਿਕਾਰ ਸਨ ਕਿ ਉਹ ਵਪਾਰ ਕਰ ਸਕਦਾ ਹੈ, ਵੈਸ਼ ਜਿਹੜਾ ਸੀ ਉਹ ਲੜ ਸਕਦਾ ਸੀ ਮੈਦਾਨੇ ਜੰਗ ਵਿੱਚ, ਤੇ ਜਿਹੜਾ ਸ਼ੂਦਰ ਸੀ ਉਸਨੂੰ ਸਭ ਤੋਂ ਨੀਵਾਂ ਅਧਿਕਾਰ ਦਿੱਤਾ ਗਿਆ। ਕਿਹੜਾ ਨੀਵਾਂ ਅਧਿਕਾਰ? ਕਿ ਜਿਹੜੀ ਘਰ ਦੇ ਅੰਦਰ ਗੰਦਗੀ ਹੁੰਦੀ ਹੈ, ਕੋਈ ਵੀ ਗੰਦਗੀ ਦਾ ਕੰਮ ਹੁੰਦਾ ਸੀ ਉਸ ਸ਼ੂਦਰ ਨੂੰ ਦਿੱਤਾ ਜਾਂਦਾ ਸੀ। ਹੁਣ ਇਹ ਚਾਰ ਕੈਟਾਗਰੀ ਜਿਹੜੀਆਂ ਬਣੀਆਂ ਸਨ, ਇਹਨਾਂ ਨੂੰ ਇੱਕ ਥਾਂ ਤੇ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਕੱਠਿਆਂ ਕੀਤਾ ਔਰ ਕਿਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ। ਕਿ ਭਾਈ ਸੰਸਾਰ ਦੇ ਅੰਦਰ ਸਾਰੇ ਪੁਰਖਾਂ ਨੂੰ ਅਕਾਲ ਪੁਰਖ ਨੇ ਭੇਜਿਆ ਹੈ, ਤੁਸੀਂ ਫਿਰ ਵੱਖੋ ਵੱਖਰੀ ਕੈਟਾਗਰੀ ਕਾਹਦੇ ਵਾਸਤੇ ਬਣਾ ਕੇ ਬੈਠੇ ਹੋਏ? ਭਾਵ ਕਿ ਕੇਵਲ ਤੇ ਕੇਵਲ ਪੁਜਾਰੀ ਨੂੰ ਅਧਿਕਾਰ ਹੈ ਧਾਰਮਿਕ ਗ੍ਰੰਥ ਪੜ੍ਹਨ ਦਾ, ਦੂਜਾ ਕਿਉਂ ਨਾ ਪੜ੍ਹੇ? ਕੇਵਲ ਤੇ ਕੇਵਲ ਵੈਸ਼ੀ ਰੰਗ ਦੇ ਵਿੱਚ ਜੂ ਸਕਦਾ ਹੈ, ਹਥਿਆਰ ਰੱਖ ਸਕਦਾ ਹੈ, ਦੂਜੇ ਲੋਕ ਕਿਉਂ ਨਾ ਰੱਖਣ? ਹੁਣ ਤੁਸੀਂ ਦੇਖੋ, ਅੱਜ ਅਸੀਂ ਸਿੱਖ ਹਾਂ ਤੇ ਸਿੱਖ ਧਾਰਮਿਕ ਗ੍ਰੰਥ ਵੀ ਪੜ੍ਹ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਔਰ ਆਪਣੇ ਕੋਲ ਸ਼ਸਤਰ ਵੀ ਰੱਖਦਾ ਹੈ। ਸਿੱਖ ਨੂੰ ਕਿਹਾ ਗਿਆ ਹੈ ਕਿ ਭਾਈ ਜੇ ਘਰ ਦੇ ਅੰਦਰ ਕੋਈ ਕੰਮ ਕਾਰ ਕਰਨਾ ਹੋਵੇ, ਕੋਈ ਨੀਵਾਂ ਕੰਮ ਵੀ ਕਰਨਾ ਪੈ ਜਾਏ, ਭਾਵ ਕਿ ਘਰ ਦੇ ਅੰਦਰ ਕੋਈ ਗੰਦਗੀ ਹੋਵੇ ਉਹ ਸਾਫ਼ ਕਰਨੀ ਹੋਵੇ, ਜਾਂ ਕਿਸੇ ਧਾਰਮਿਕ ਸਥਾਨ ਦੇ ਵਿੱਚੋਂ ਗੰਦਗੀ ਸਾਫ਼ ਕਰਨੀ ਹੋਵੇ, ਪਿਸ਼ਾਬ ਨਹੀਂ ਹਟਣਾ ਚਾਹੀਦਾ, ਤੈਨੂੰ ਆਪ ਉਹ ਕਰਮ ਕਰਨਾ ਚਾਹੀਦਾ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਭਾਈ ਆਪਣੇ ਹੱਥਾਂ ਦੇ ਨਾਲ ਤੂੰ ਆਪਣਾ ਆਪ ਦਾ ਕੰਮ ਸਵਾਰ। ਹੁਣ ਜਿਹੜੀਆਂ ਚਾਰ ਕੈਟਾਗਰੀਆਂ ਬਣੀਆਂ ਸਨ, ਇਹਨਾਂ ਨੂੰ ਇੱਕ ਥਾਂ ਤੇ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਕੱਠਿਆਂ ਕੀਤਾ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਗ ਬਰਾਬਰੀ ਪੈਰੀ ਪਾਵਨਾ ਜਗ ਵਰਤਾਇਆ।
ਕੋਈ ਸੰਸਾਰ ਦੇ ਅੰਦਰ ਭਿਖਾਰੀ ਸੀ ਤੇ ਕੋਈ ਰਾਜਾ ਸੀ। ਜਿਹੜਾ ਰਾਜਾ ਹੁੰਦਾ ਸੀ ਉਹਦੇ ਅੰਦਰ ਬਹੁਤ ਹੰਕਾਰ ਹੁੰਦਾ ਸੀ ਕਿ ਮੈਂ ਉੱਚੇ ਤਖ਼ਤ ਤੇ ਬੈਠਾ ਹਾਂ, ਮੇਰੇ ਕੋਲ ਵੱਡੀ ਪਦਵੀ ਹੈ, ਹੁਣ ਮੈਂ ਕੁਝ ਵੀ ਪ੍ਰਜਾ ਦੇ ਉੱਤੇ ਜ਼ੁਲਮ ਕਰ ਸਕਦਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ, ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਦੇ ਪ੍ਰਜਾ ਨੂੰ ਇੱਕ ਥਾਂ ਤੇ ਇਕੱਠੀਆਂ ਕਰ ਦਿੱਤਾ। ਪ੍ਰਜਾ ਨੂੰ ਕਹਿ ਦਿੱਤਾ, ਤੁਸੀਂ ਢਹਿੰਦੀ ਕਲਾ ਦੇ ਵਿੱਚ ਨਹੀਂ ਜਾਣਾ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਜ਼ੁਲਮ ਹੋ ਰਿਹਾ, ਤੁਸੀਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਹੈ, ਚੁੱਪ ਕਰਕੇ ਨਹੀਂ ਬੈਠਣਾ। ਰਾਜਿਆਂ ਨੂੰ ਵੀ ਸਮਝਾਇਆ ਕਿ ਤੁਹਾਨੂੰ ਤਖ਼ਤ ਮਿਲ ਗਿਆ ਹੈ, ਤੁਹਾਡੇ ਕੋਲ ਤਖ਼ਤ ਤੋਂ ਤਾਜ ਆ ਗਿਆ ਹੈ, ਤੁਸੀਂ ਹੰਕਾਰੀ ਨਹੀਂ ਬਣਨਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਵਿੱਚ ਪਹਿਲਾ ਹੀ ਸ਼ਬਦ ਪੜ੍ਹਦੇ, ਮੋਤੀ ਦਾ ਮੰਤਰ ਉਸਰੇ ਰਤਨੀ ਤਾਂ ਹੋਏ ਜੜਾਉ, ਕਸਤੂਰ ਪੁੰਗੂ ਅਗਰ ਚੰਦਨ ਲੀ ਪਿਆਵੇ ਚਾਉ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੇ ਮੇਰਾ ਘਰ ਰਤਨਾ ਮੋਤੀਆਂ ਦੇ ਨਾਲ ਜੜਿਆ ਹੋਵੇ, ਡਾਇਮੰਡ ਦੇ ਨਾਲ ਜੜਿਆ ਹੋਵੇ, ਮੇਰੇ ਘਰ ਦਾ ਫਰਨੀਚਰ ਚੰਦਨ ਦੀ ਲੱਕੜ, ਕੀਮਤੀ ਲੱਕੜ ਦਾ ਫਰਨੀਚਰ ਲੱਗਾ ਹੋਵੇ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਉ, ਮੈਂ ਇੰਨਾ ਵੱਡਾ ਧਨਾੜ ਅਮੀਰ ਇਨਸਾਨ ਹੋਵਾ, ਮਤ ਦੇਖ ਭੂਲਾ ਵਿਸਰੈ, ਮਤਾ ਇੰਨੀ ਅਮੀਰੀ ਦੇਖ ਕੇ ਮੈਂ ਤੈਨੂੰ ਭੁੱਲ ਜਾਵਾਂ, ਭੁੱਲ ਬੈਠਾ। ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨ ਆਵੇ ਨਾਉ, ਕਿਤੇ ਇਹ ਨਾ ਹੋਵੇ ਤੇਰਾ ਸਿਮਰਨ ਸਾਡੇ ਤੋਂ ਗਵਾ ਜਾਵੇ, ਤੇਰੀ ਚੇਤਨਤਾ ਸਾਡੇ ਤੋਂ ਗਵਾ ਜਾਵੇ, ਤੁਹਾਡੇ ਗੁਣ ਸਾਡੇ ਜੀਵਨ ਦੇ ਵਿੱਚੋਂ ਖਤਮ ਹੋ ਜਾਣ। ਕਿਉਂ? ਕਿਉਂਕਿ ਹਰ ਬਿਨ ਜੀਉ ਜਲ ਬਲ ਜਾਓ, ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਗੁਣਾਂ ਤੋਂ ਬਿਨਾਂ ਸਾਡੀ ਜਿੰਦ ਸੜ ਬਲ ਕੇ ਸੁਆਹ ਹੋ ਜਾਂਦੀ। ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੁਰਖ ਦੇਖਿਆ ਅਵਰ ਨਾਹੀਂ ਥਾਉ, ਮੈਂ ਆਪਣੇ ਗੁਰੂ ਨੂੰ ਪੁੱਛ ਲਿਆ ਹੈ, ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਅਕਾਲ ਪੁਰਖ ਵਰਗਾ ਜ਼ਿੰਦਗੀ ਦੇ ਵਿੱਚ ਹੋਰ ਕੋਈ ਆਸਰਾ ਨਹੀਂ। ਰਾਣਾ ਰੰਗ ਬਰਾਬਰੀ ਪੈਰੀ ਪਾਵਨਾ ਜਗ ਵਰਤਾਇਆ, ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਲੋਕਾਂ ਨੂੰ ਇਕੱਠਿਆਂ ਕੀਤਾ। ਇੱਕ ਹੋਰ ਪੌੜੀ ਹੈ ਭਾਈ ਗੁਰਦਾਸ ਜੀ ਦੀ, ਜਿਸ ਨੂੰ ਅਸੀਂ ਅਕਸਰ ਹੀ ਸਾਨੂੰ ਯਾਦ ਹੈ, ਕੋਸ਼ਿਸ਼ ਕਰਿਓ ਨਾਲ ਗਾ ਗਾ ਕੇ ਪੜ੍ਹਨ ਦੀ, ਆਓ ਰਲ ਕੇ ਪੜ੍ਹਦੇ ਹਾਂ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਰ ਛੱਪੇ ਅੰਧੇਰ ਪਲੋਆ। ਸਤਿਗੁਰ ਨਾਨਕ ਪ੍ਰਗਟਿਆ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਮਿਟੀ ਧੁੰਦ ਜਿਹੜੀ ਸੰਸਾਰ ਦੇ ਅੰਦਰ ਧੁੰਦ ਛਾਈ ਹੋਈ ਸੀ, ਵਹਿਮ ਭਰਮ ਕਰਮ ਕਾਂਡ ਛਾਏ ਹੋਏ ਸਨ, ਮਿਟੀ ਧੁੰਦ ਮਿਟ ਗਈ। ਜਗ ਚਾਨਣ ਹੋਆ, ਜਗ ਦੇ ਅੰਦਰ ਗਿਆਨ ਦਾ ਚਾਨਣ ਹੋਇਆ। ਦੀਵਾ ਬਲੇ ਅੰਧੇਰਾ ਜਾਏ, ਹਨੇਰੇ ਦੇ ਅੰਦਰ ਤੁਸੀਂ ਦੀਵਾ ਜਗਾ ਦਿਓ, ਹਨੇਰਾ ਦੂਰ ਹੋ ਜਾਂਦਾ ਹੈ। ਹੁਣ ਰਾਤ ਪਈ ਹੈ, ਸਵੇਰੇ ਸੂਰਜ ਚੜੇਗਾ, ਹਨੇਰੇ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਹੈ। ਹੁਣ ਖਿਆਲ ਕਰਨਾ, ਜਦੋਂ ਧੁੰਦ ਛਾਈ ਹੁੰਦੀ ਹੈ, ਧੁੰਦ ਪਈ ਹੁੰਦੀ ਹੈ, ਕਈ ਵਾਰ ਜਿਹੜੀ ਚੀਜ਼ ਹਾਜ਼ਰ ਹੁੰਦੀ ਹੈ, ਜਿਹੜੀ ਵਸਤੂ ਹਾਜ਼ਰ ਹੁੰਦੀ ਹੈ, ਉਹ ਸਾਨੂੰ ਦਿਖਾਈ ਨਹੀਂ ਦਿੰਦੀ। ਪਰ ਬੰਦਾ ਮੁਨਕਰ ਥੋੜੀ ਨਾ ਹੋ ਸਕਦਾ ਕਿ ਵਸਤੂ ਹੈ ਹੀ ਨਹੀਂ। ਮੰਨ ਲਓ ਕਿ ਕੋਈ ਇਨਸਾਨ ਨੇੜੇ ਖੜਾ ਹੈ ਉਸ ਵਸਤੂ ਦੇ, ਅਸੀਂ ਦੂਰ ਖੜੇ ਹਾਂ। ਬੰਦਾ ਕਹੇ ਕਿ ਭਾਈ ਇਹ ਚੀਜ਼ ਇੱਥੇ ਪਈ ਹੈ, ਅਸੀਂ ਕਹਾਂਗੇ ਸਾਨੂੰ ਦਿਖਾਈ ਨਹੀਂ ਦਿੰਦੀ, ਅਸੀਂ ਨਹੀਂ ਮੰਨਦੇ। ਪਰ ਭੁਲੇਖਾ ਕਦੋਂ ਦੂਰ ਹੋ ਜਾਣਾ? ਜਦੋਂ ਸੂਰਜ ਚੜਿਆ। ਸੂਰਜ ਚੜਿਆ, ਧੁੰਦ ਖਤਮ ਹੋ ਗਈ, ਭੁਲੇਖਾ ਸਾਡਾ ਦੂਰ ਹੋ ਜਾਏਗਾ। ਹੁਣ ਅਕਾਲ ਪੁਰਖ ਵਾਹਿਗੁਰੂ ਇਸ ਦੁਨੀਆਂ ਦੇ ਵਿੱਚ ਹੈ, ਗੋਡ ਇਸ ਸੰਸਾਰ ਵਰਲਡ ਦੇ ਵਿੱਚ ਹੈ। ਪਰ ਕਈ ਕਹਿੰਦੇ ਹਨ ਅਸੀਂ ਨਹੀਂ ਮੰਨਦੇ ਪਰਮਾਤਮਾ ਹੈ, ਅਕਾਲ ਪੁਰਖ ਹੈ। ਇੱਕ ਬੇਨਤੀ ਕਰਾਂ, ਪਾਵਨ ਬਾਣੀ ਦੇ ਵਿੱਚ ਹੀ ਮੈਂ ਇਸਦਾ ਉੱਤਰ ਦੇਣ ਲੱਗਾ ਹਾਂ। ਜਿਹੜੇ ਕਹਿੰਦੇ ਹਨ ਅਸੀਂ ਨਹੀਂ ਮੰਨਦੇ ਕੋਈ ਗੋਡ ਹੈ, ਪਰਮਾਤਮਾ ਹੈ, ਜੇ ਮੰਨ ਲਓ ਕਿ ਅੱਜ ਕੋਈ ਸੰਸਾਰ ਦੇ ਅੰਦਰ ਬੱਚਾ ਕਹੇ ਮੈਂ ਨਹੀਂ ਮੰਨਦਾ ਕਿ ਮੇਰਾ ਕੋਈ ਫਾਦਰ ਹੈ, ਮੇਰਾ ਕੋਈ ਪਿਤਾ ਹੈ,
ਤੇ ਲੋਕ ਉਸ ਉੱਤੇ ਹੱਸਣਗੇ ਨਾ ਕਿ ਜੇ ਤੇਰਾ ਕੋਈ ਪਿਤਾ ਹੀ ਨਹੀਂ ਹੈ ਤੂੰ ਸੰਸਾਰ ਦੇ ਅੰਦਰ ਜਨਮ ਕਿਵੇਂ ਲਿਆ। ਇਸੇ ਤਰ੍ਹਾਂ ਜੇ ਅਸੀਂ ਕਹਾਂਗੇ ਅਸੀਂ ਨਹੀਂ ਮੰਨਦੇ ਗੋਡ ਹੈ ਪਰਮਾਤਮਾ ਹੈ ਤੇ ਦੱਸਣਾ ਔਖਾ ਹੋ ਜਾਏਗਾ ਕਿ ਹਜ਼ਾਰਾਂ ਸਾਲ ਹੋ ਗਏ ਹਵਾ ਉਸੇ ਤਰ੍ਹਾਂ ਚੱਲ ਰਹੀ ਹੈ, ਹਜ਼ਾਰਾਂ ਸਾਲ ਹੋ ਗਏ ਪਾਣੀ ਉਸੇ ਤਰ੍ਹਾਂ ਪਿਆਸ ਬੁਝਾ ਰਿਹਾ ਹੈ, ਹਜ਼ਾਰਾਂ ਸਾਲ ਹੋ ਗਏ ਅੱਗ ਉਸੇ ਤਰ੍ਹਾਂ ਬਲ ਰਹੀ ਹੈ, ਹਜ਼ਾਰਾਂ ਸਾਲ ਹੋ ਗਏ ਪ੍ਰਿਥਵੀ ਉਸੇ ਤਰ੍ਹਾਂ ਚੱਲ ਰਹੀ ਹੈ। ਫਿਰ ਦੱਸਣਾ ਔਖਾ ਹੋ ਜਾਏਗਾ ਨਾ ਇਸ ਪ੍ਰਿਥਵੀ ਨੂੰ ਖਿਲਾ ਰਿਹਾ ਕਿਸ ਨੇ, ਲੋਕਾਂ ਨੂੰ ਕੌਣ ਚਲਾ ਰਿਹਾ ਹੈ, ਦੁਨੀਆਂ ਨੂੰ ਕੌਣ ਚਲਾ ਰਿਹਾ, ਫਿਰ ਦੱਸਣਾ ਔਖਾ ਹੋ ਜਾਏ। ਭਾਵ ਕਿ ਸੰਸਾਰ ਦੇ ਅੰਦਰ ਜਿਹੜੇ ਵਹਿਮਾਂ ਭਰਮਾਂ ਕਰਮ ਕਾਂਡਾਂ ਦੀ ਲੋਕਾਂ ਦੀਆਂ ਅੱਖਾਂ ਤੇ ਪੱਟੀਆਂ ਬਣੀਆਂ ਸਨ, ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਗਿਆਨ ਦਾ ਪ੍ਰਕਾਸ਼ ਗਿਆਨ ਦਾ ਸੂਰਜ ਚੜਿਆ ਤੇ ਲੋਕਾਂ ਦੇ ਵਿੱਚੋਂ ਇਹ ਵਹਿਮ ਭਰਮ ਕਰਮ ਕਾਂਡ ਖਤਮ ਹੋ ਗਏ। ਵੈਸੇ ਤੇ ਮਾਫ ਕਰਨਾ, ਸੋਹਿਲਾ ਸਾਹਿਬ ਦੇ ਵਿੱਚ ਅਸੀਂ ਇਸ ਦੇ ਪ੍ਰਥਾਇਕ ਸ਼ਬਦ ਪੜ੍ਹਦੇ ਹਾਂ, ਤਵੱਜੋ ਦੇ ਕੇ ਸੁਣਨਾ, ਮੈਂ ਉਸਦੀ ਵਿਆਖਿਆ ਕਰਨ ਜਾ ਰਿਹਾ। ਸਹਿਸ ਦਾ ਮਤਲਬ ਹੁੰਦਾ ਹੈ ਹਜ਼ਾਰਾਂ, ਨੈਣ ਦਾ ਅਰਥ ਹੈ ਅੱਖਾਂ ਨੇਤਰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀਆਂ ਦਿੱਤੀਆਂ ਹੋਈਆਂ ਹਜ਼ਾਰਾਂ ਅੱਖਾਂ ਹਨ, ਨਨ ਨੈਣ ਹੈ ਤੁਹੀ ਕਹੋ। ਨਨ ਦਾ ਅਰਥ ਹੈ ਨਹੀਂ, ਨੈਣ ਦਾ ਅਰਥ ਹੈ ਅੱਖਾਂ। ਹੇ ਅਕਾਲ ਪੁਰਖ ਜੀ, ਤੁਹਾਡੀਆਂ ਦਿੱਤੀਆਂ ਹੋਈਆਂ ਹਜ਼ਾਰਾਂ ਅੱਖਾਂ ਹਨ, ਪਰ ਤੁਹਾਡੀ ਆਪਣੀ ਨਿੱਜੀ ਅੱਖ ਇੱਕ ਵੀ ਨਹੀਂ। ਹੁਣ ਕੁਦਰਤ ਦੇ ਵਿੱਚੋਂ ਹੀ ਪਰਮਾਤਮਾ ਨੂੰ ਦੇਖਣਾ ਹੈ ਨਾ, ਗੁਰਦੇਵ ਨੇ ਨਹੀਂ ਕਿਹਾ। ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਪਾਉ ਸੁਖ ਸਾਰ, ਕਿ ਜੇ ਰੱਬ ਨੂੰ ਦੇਖਣਾ ਹੈ ਕੁਦਰਤ ਦੇ ਵਿੱਚ ਦੇਖੋ, ਲੋਕਾਂ ਦੇ ਵਿੱਚ ਦੇਖੋ, ਉੱਥੋਂ ਹੀ ਪਰਮਾਤਮਾ ਜੀ ਦੇ ਦਰਸ਼ਨ ਹੋਣਗੇ। ਅਸੀਂ ਸੁਖਮਨੀ ਸਾਹਿਬ ਦੇ ਅੰਦਰ ਵਾਕ ਨਹੀਂ ਪੜ੍ਹਦੇ, ਆਪ ਕਥੈ ਆਪ ਸੁਣਨੇ ਹਾਰ, ਯਾਦ ਹੋਏਗਾ ਆਪ ਜੀ ਨੂੰ ਸਾਧ ਸੰਗਤ ਜੀ, ਆਓ ਨਾਲ ਰਲ ਕੇ ਗਾ ਕੇ ਪੜੋ। ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ, ਜਾਂ ਤਿਸ ਪਾਵੇ ਤਾਂ ਸ੍ਰਿਸ਼ਟੀ ਉਪਾਏ, ਆਪਣੇ ਪਾਣੇ ਲਏ ਸਮਾਏ। ਅਕਾਲ ਪੁਰਖ ਵਾਹਿਗੁਰੂ ਆਪ ਹੀ ਬੋਲਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ, ਸਾਡੇ ਅੰਦਰ ਬੈਠ ਕੇ ਹੀ ਉਹਨੇ ਸਾਡੀ ਜ਼ੁਬਾਨ ਨੂੰ ਤਾਕਤ ਦਿੱਤੀ ਹੈ ਤਾਂ ਸਾਡੀ ਜ਼ੁਬਾਨ ਬੋਲ ਰਹੀ ਹੈ। ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਸਮਾਇਆ ਹੋਇਆ ਹੈ, ਕੰਨਾਂ ਨੂੰ ਸੁਣਨ ਦੀ ਸ਼ਕਤੀ ਦਿੱਤੀ ਹੈ ਤਾਂ ਸਾਡੇ ਕੰਨ ਸੁਣ ਰਹੇ ਹਨ। ਆਪ ਕਥੇ ਆਪ ਸੁਣਨੇ ਹਾਰ, ਆਪੇ ਏਕ ਉਹ ਪਰਮਾਤਮਾ ਆਪ ਦੁਨੀਆਂ ਨੂੰ ਬਣਾਉਣ ਤੋਂ ਪਹਿਲਾਂ ਆਪ ਇਕੱਲਾ ਸੀ, ਉਹਨੇ ਆਪਣੇ ਇਕੱਲੇ ਤੋਂ ਹੀ ਅਗਾਂਹ ਦੁਨੀਆਂ ਬਣਾਈ। ਆਸਾ ਕੀ ਵਾਰ ਪਾਵਨ ਬਾਣੀ ਦੇ ਦਰਵਾਜ ਪੜਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਜਾਉ, ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਉ, ਤੂੰ ਜਾਣੋਈ ਸਭ ਸਹਿ ਦੇ ਨੇਸੇ ਜਿੰਦ ਗਵਾਓ, ਕਰ ਆਸਨ ਡਿੱਠੋ ਜਾਓ। ਆਪੀ ਨੇ ਆਪ ਸਾਜਿਓ, ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣਾ ਆਪ ਤਿਆਰ ਕੀਤਾ, ਫਿਰ ਉਹਨੇ ਦੂਸਰੇ ਨੰਬਰ ਤੇ ਕੁਦਰਤ ਬਣਾਈ, ਸੰਸਾਰ ਦੋਈ ਕੁਦਰਤ ਸਾਜੀਏ ਕੁਦਰਤ ਨੂੰ ਬਣਾਇਆ, ਦੋਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਜਾਓ। ਇਹ ਕਿ ਕੁਦਰਤ ਨੂੰ ਬਣਾ ਕੇ ਆਪ ਕਿਸੇ ਦੂਰ ਥਾਂ ਤੇ ਜਾ ਕੇ ਵਸ ਗਿਆ ਹੋਵੇ, ਕੁਦਰਤ ਦੇ ਵਿੱਚ ਹੀ ਆਪਣਾ ਆਸਨ ਲਾ ਕੇ ਅਕਾਲ ਪੁਰਖ ਵਾਹਿਗੁਰੂ ਬੈਠ ਗਿਆ। ਦਾਤਾ ਕਰਤਾ ਆਪ ਤੂੰ, ਦਾਤਾ ਦੇਣ ਵਾਲਾ ਵੀ ਉਹ ਹੈ, ਦੁਨੀਆਂ ਨੂੰ ਬਣਾਉਣ ਵਾਲਾ ਵੀ ਉਹ ਹੈ। ਕਿਤੇ ਮਤਾ ਸਮਝ ਲੈਣਾ ਕਿ ਦਾਤਾ ਦੇਣ ਵਾਲਾ ਕੋਈ ਹੋਰ ਹੈ, ਦੁਨੀਆਂ ਨੂੰ ਬਣਾਉਣ ਵਾਲਾ ਕੋਈ ਹੋਰ ਹੈ। ਵੈਸੇ ਦੁਨੀਆਂ ਦੇ ਲੋਕ ਕੀ ਮੰਨੀ ਬੈਠੇ ਹਨ ਕਿ ਜਨਮ ਦੇਣ ਵਾਲਾ ਕੋਈ ਹੋਰ ਹੈ, ਭੋਜਨ ਦੇਣ ਵਾਲਾ ਕੋਈ ਹੋਰ ਹੈ, ਮੌਤ ਦੇਣ ਵਾਲਾ ਕੋਈ ਹੋਰ ਹੈ। ਪਰ ਗੁਰਦੇਵ ਨੇ ਫਰਮਾਇਆ ਇਹ ਤਿੰਨ ਹਸਤੀਆਂ ਸੰਸਾਰ ਨੂੰ ਨਹੀਂ ਚਲਾ ਰਹੀਆਂ, ਸੰਸਾਰ ਨੂੰ ਉਹੀ ਚਲਾ ਰਿਹਾ ਹੈ ਜਿਸਨੇ ਬਣਾਇਆ ਹੈ, ਜੋ ਜ਼ਰੇ ਜ਼ਰੇ ਦੇ ਵਿੱਚ ਵਸ ਰਿਹਾ ਹੈ।
सैर सुताव नैना नन नैन है तो ही को सैर सुमूरत नन एक तो ही। अकाल पुरख ने हजारा शकला बनाईया ने रूप रंग जीवा दे त्यार कीते हन, पर किसे भी शकल लै के असि नहीं कह सकते कि यही अकाल पुरख की शकल होगी, इस तरह का ही अकाल पुरख का रूप होगा, यही अकाल पुरख का रूप है। सैस मूरत नन एक तो ही सैस पद बिमल नन एक पद गंध बिना सैस ताव गंध इव चल तुमोही। तुहाडे दिते हुए हजारा पैर हन, पर किसी एक व्यक्ति के पैरों नूं लै के असि नहीं कह सकते यही अकाल पुरख के पैर। माफ कर देना, ये जरूरी नहीं जो संसार के अंदर दिसदा जो नहीं दिसदा वह हुंदा नहीं। हुण गुरदेव ने पावन बाणी के अंदर उदाहरण दिती है कि एक बंदा फुल के कोल खड़ा है, दूजा फुल तो दूर खड़ा है। जिहड़ा फुल के नेड़े खड़ा है वह कह रहा जे को गुलाब किन्नी खुशबू दे रहा है, पर जिहड़ा बंदा दूर खड़ा है वह कहता तू तो झूठ मारी जा रहा है। दस जे खुशबू तेनू आ रही है तो नजर क्यों नहीं आती, दिखाई मैनू नहीं दे रही। जिस तरह फुल दे विच सुगंधी वसदी है उसनू महसूस किया जा सकता है, अखां दे नाल नहीं देखा जा सकता। इसे तरह परमात्मा संसार दे अंदर है, उसनू शरीर दीआं अखां दे नाल नहीं देखा जा सकता, केवल सुरत दीआं अखां राही उसके दर्शन किए जा सकते हैं। जदों सिद्धा ने आके गुरु नानक साहिब जी नूं सवाल किया सी, कमन गुरु जिस का तू चेला, विचार वटांदरा होया, जोगी लोग प्रभावित होए, उन्होंने पूछा कि तुसी दसो तुहाडा गुरु कौन है जिसके तुसी चेले हो, ते गुरु नानक साहिब जी ने की जवाब दिता, पावन आरंभ सतगुर मत वेला, शब्द गुरु सुरत तुन चेला, के शब्द मेरा गुरु है, सुरत मेरी ने चेला बनना है, सुरत ने शब्द गुरु का चेला बनना है, सेवक बनना है। गुरु प्यार वालियो, गुरु नानक साहब जी का प्रकाश होया, थां पर थां जाके गुरु नानक साहब जी ने प्रचार फेरियां कीतियां, लोगों नूं वहमां भरमां दे विचों कर्म कांडा दे विचों कढ़िया है। गुरु नानक साहब जी ने बचपन अवस्था दे विच भी कई कौतक वरताए सन, उन्हां दे विचों केवल दो मैं कौतक आप जी के सामने रखांगा, फिर पौड़ी दी विचार वाले पासे आवांगा। गुरु नानक साहिब जी की जो उम्र 7 साल की हुई ते उन्हां दे पिता बाबा कल्याण दास जी ने गोपाल पंडित दे कोल उन्हां नूं हिंदी लैंग्वेज पढ़न वास्ते बिठाया, हिंदी भाषा पढ़न वास्ते बिठाया। उस तो बाद जो थोड़ी जी वडेरी उम्र हुई उन्होंने ब्रिज लाल पंडित दे कोल संस्कृत भाषा पढ़न लई बिठाया। 13 साल की उम्र विच मौलवी कुतमदीन दे कोल फारसी भाषा पढ़न लई बिठाया। हुण देखो गुरु नानक साहिब जी टीचरां दे कोल गए, टीचर्स दे कोल गए, जाके संगत कीती ते देखिया कि जिहड़े टीचर ने सानू सिखाउणा सी कि भाई प्यार दे विच रहना चाहीदा है, हंकारी नहीं होना चाहीदा, जीवन विच लालच नहीं होना चाहीदा, इसे करके असीं बच्चों नूं टीचर दे कोल भेजदे आ कि टीचर ये सारी मत देवे कि भाई प्यार दे नाल कुदरत विच दुनिया दे विच रहना चाहीदा है, जे कुछ आ जावे हंकारी नहीं होना चाहीदा, लालची नहीं बनना चाहीदा। गुरु नानक साहिब जी ने देखिया ये पंडित दे आप हंकार दे विच मते हुए हन, ये आप हंकारी हन, क्रोधी हन, कामी हन, इन्हां दे जीवन विच ते आप लालच है, मैनू की बनाउणगे। इतिहासकार कहते हैं गुरु नानक साहिब जी उत्थे जाके पांध्यां नूं पढ़ाए, टीचर नूं पढ़ाए जिन्हां दे कोल पढ़न वास्ते गए सन, भाव उन्हां नूं जाके कह दिता कि भाई तुहानूं की आउंदा है, तुहानूं नहीं पता कि जिंदगी किस तरह दी आउणी है, तुसीं मैनूं की सिखाओगे। क्योंकि जदों बंदा पढ़ाई करता है, एजुकेशन हासिल करता है, कहदे वास्ते जी कि संसार नूं असीं अगे लैके जा सकीए, परिवार नूं अगे लैके जा सकीए,
ਸਾਡੀ ਜ਼ਿੰਦਗੀ ਦੇ ਅੰਦਰ ਸਾਨੂੰ ਕਾਮਯਾਬੀ ਮਿਲ ਜਾਏ, ਸਾਨੂੰ ਪਤਾ ਲੱਗ ਜਾਏ ਕੀ ਚੰਗਾ ਹੈ ਕੀ ਮਾੜਾ ਹੈ, ਜੋ ਚੰਗਿਆਈ ਹੈ ਉਸ ਨੂੰ ਹਾਸਲ ਕਰਕੇ ਅਸੀਂ ਆਪਣਾ ਜੀਵਨ ਜੀਵੀਏ। ਪਰ ਮਾਫ ਕਰ ਦੇਣਾ ਮੈਨੂੰ, ਅੱਜ ਪਲੱਸ ਟੂ ਕੀਤਾ ਹੋਇਆ ਵਿਦਿਆਰਥੀ ਜਿਸਨੇ BA ਡਬਲ MA ਦੀ ਡਿਗਰੀ ਕੀਤੀ ਹੈ, ਉਹ ਵੀ ਸ਼ਰਾਬ ਦੇ ਠੇਕੇ ਤੇ ਜਾ ਕੇ ਸ਼ਰਾਬ ਦੀ ਬੋਤਲ ਲੈ ਕੇ ਸ਼ਰਾਬ ਪੀਂਦਾ ਹੈ। ਹਾਲਾਂਕਿ ਸ਼ਰਾਬ ਜਿਹੜਾ ਹੈ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਬਣਿਆ ਹੈ। ਸ਼ਰ ਦਾ ਅਰਥ ਹੁੰਦਾ ਹੈ ਸ਼ਰਾਬੀ, ਆਬ ਦਾ ਅਰਥ ਹੁੰਦਾ ਹੈ ਪਾਣੀ, ਵਾਟਰ, ਜਿਵੇਂ ਪੰਜ ਆਬ। ਇਸ ਤੋਂ ਪੰਜਾਬ ਸ਼ਬਦ ਬਣਿਆ ਪੰਜ ਦਰਿਆਵਾਂ ਤੋਂ, ਪੰਜ ਪਾਣੀਆਂ ਤੋਂ, ਪੰਜਾਬ ਪੰਜ ਆਬ। ਇਸੇ ਹੀ ਤਰ੍ਹਾਂ ਆਬ ਦਾ ਅਰਥ ਹੈ ਪਾਣੀ, ਸ਼ਰ ਦਾ ਅਰਥ ਹੈ ਸ਼ਰਾਰਤੀ ਪਾਣੀ। ਭਾਈ ਕਾਨ ਸਿੰਘ ਦੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਸ ਦੇ ਅਰਥ ਕੀਤੇ ਹਨ ਸ਼ਰਾਰਤੀ ਪਾਣੀ, ਜਾਂ ਉਹ ਪਾਣੀ ਜਿਸ ਨੂੰ ਪੀਣ ਦੇ ਨਾਲ ਬੰਦੇ ਦੀ ਸੁਰਤ, ਬੰਦੇ ਦਾ ਮਨ ਸ਼ਰਾਰਤੀ ਬਣ ਜਾਏ, ਉਸ ਨੂੰ ਕਹਿੰਦੇ ਹਨ ਸ਼ਰਾਬ। ਇੱਥੋਂ ਦੇ ਸਿਲੇਬਸ ਦਾ ਤੇ ਸਾਨੂੰ ਬਹੁਤਾ ਨਹੀਂ ਪਤਾ, ਪਰ ਦੇਸ਼ ਦੇ ਵਿੱਚ ਜਿਹੜੇ ਬੱਚਿਆਂ ਦਾ ਸਬਜੈਕਟ ਹੁੰਦੇ ਹਨ ਉਸ ਦੇ ਵਿੱਚ ਬਕਾਇਦਾ ਲੇਖ ਹਨ, ਲੈਕਚਰ ਹਨ ਕਿ ਭਾਈ ਦਾਜ ਦੀ ਲਾਹਨਤ ਦੇ ਕੇਸ ਨਹੀਂ ਵਾਪਰਨੇ ਚਾਹੀਦੇ, ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ, ਨਸ਼ੇ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੇ ਹਨ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਇਤਿਆਦਿ। ਪਰ ਤੁਸੀਂ ਦੇਖੋ ਬੰਦਾ ਡਿਗਰੀਆਂ ਹਾਸਲ ਕਰਕੇ ਵੀ ਦਾਜ ਮੰਗਦਾ ਹੋਇਆ ਨਜ਼ਰ ਆਵੇਗਾ, ਡਿਗਰੀਆਂ ਹਾਸਲ ਕਰਕੇ ਵੀ ਭਰੂਣ ਹੱਤਿਆ ਵਾਲੇ ਕੇਸ ਵਾਪਰਦੇ ਹਨ, ਡਿਗਰੀਆਂ ਹਾਸਲ ਕਰਕੇ ਵੀ ਇਨਸਾਨ ਨਸ਼ੇ ਦੁਕਾਨ ਤੇ ਜਾ ਕੇ ਨਸ਼ਾ ਖਰੀਦਦਾ। ਹਾਲਾਂਕਿ ਬਕਾਇਦਾ ਉਸ ਉੱਤੇ ਲਿਖਿਆ ਹੁੰਦਾ ਹੈ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਹੈ, ਤੰਬਾਕੂ ਉੱਤੇ ਲਿਖਿਆ ਹੁੰਦਾ ਹੈ ਤੰਬਾਕੂ ਖਾਣੇ ਸੇ ਕੈਂਸਰ ਕਾ ਰੋਗ ਹੋਤਾ ਹੈ। ਬੰਦਾ ਤੰਬਾਕੂ ਵੀ ਖਾ ਲੈਂਦਾ, ਸ਼ਰਾਬ ਵੀ ਪੀ ਲੈਂਦਾ। ਇੱਕ ਮਾਫ਼ ਕਰ ਦੇਣਾ ਮੈਨੂੰ, ਆਸਾ ਕੀ ਵਾਰ ਪਾਵਣ ਵਾਲੇ ਦੇ ਅੰਦਰ ਇਹ ਸ਼ਬਦ ਸੁਭਾਇਮਾਨ ਹੈ, ਤੁਸੀਂ ਸਾਰੇ ਜਾਣਦੇ। ਉਹ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਗੁਰਦੇਵ ਕਹਿੰਦੇ ਜੇ ਇਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਬਤੀਤ ਹੋ ਰਹੀ ਨਾ, ਤੁਸੀਂ ਇਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ, ਫਿਰ ਮਤਾ ਸਮਝਣਾ ਕਿ ਕੋਈ ਅਸੀਂ ਵੈਲ ਐਜੂਕੇਟਡ ਬਣ ਗਏ ਹਾਂ। ਕੀ ਹੋਇਆ ਹੈ, ਅਸੀਂ ਆਪਣੀਆਂ ਗੱਡੀਆਂ ਪੜ੍ਹਾਈ ਦੇ ਨਾਲ, ਡਿਗਰੀਆਂ ਦੇ ਨਾਲ ਭਰ ਰਹੇ ਹਾਂ, ਬਸ ਆਪਣੀ ਅਸੀਂ ਢਿੱਡ ਥੱਪ ਥਪਾ ਰਹੇ ਹਾਂ, ਹੋਰ ਕੁਝ ਨਹੀਂ। ਜੀਵਨ ਤੇ ਸੁਚੱਜਾ ਸੋਨਾ ਨਹੀਂ ਬਣਿਆ। ਗੁਰਦੇਵ ਕਹਿੰਦੇ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸਾਥ। ਪੜ ਪੜ ਕੇ ਮਨੁੱਖ ਆਪਣੀ ਗੱਡੀ ਲੱਦ ਰਿਹਾ ਹੈ ਡਿਗਰੀਆਂ ਹਾਸਲ ਕਰਕੇ, ਬਸ ਥੋੜਾ ਜਿਹਾ ਹੰਕਾਰ ਆ ਗਿਆ। ਪਹਿਲਾਂ ਜ਼ਮੀਨ ਦੇ ਉੱਤੇ ਪੈਰ ਲੱਗਦਾ ਸੀ, ਹੁਣ ਬੰਦਾ ਪੱਬਾਂ ਉੱਤੇ ਚੱਲਣ ਲੱਗ ਪਿਆ, ਹੰਕਾਰੀ ਹੋ ਗਿਆ। ਅਖੀਰ ਤੇ ਕੀ ਕਹਿੰਦੇ ਹਨ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਨਾ ਚਾਖ। ਲੇਖੇ ਦੇ ਵਿੱਚ ਤੇ ਇੱਕੋ ਗੱਲ ਪੈਣੀ ਹੈ ਨਾ ਕਿ ਤੇਰਾ ਜੀਵਨ ਕਿਹੋ ਜਿਹਾ, ਜੇ ਜੀਵਨ ਹੀ ਨਹੀਂ ਸੋਹਣਾ ਤੇ ਗੱਡੀਆਂ ਲੱਦੀ ਜਾ। ਹੁਣ ਗੁਰੂ ਨਾਨਕ ਸਾਹਿਬ ਨੇ ਟੀਚਰ ਨੂੰ ਜਾ ਕੇ ਇਹੀ ਗੱਲ ਕਹੀ ਸੀ, ਬਸ ਤੁਹਾਨੂੰ ਆਪਣੀ ਪੜ੍ਹਾਈ ਦਾ ਹੰਕਾਰ ਹੈ, ਪੜ੍ਹਾਈ ਦਾ ਗੁਮਾਨ ਹੈ, ਜੀਵਨ ਦੇ ਵਿੱਚ ਨਾ ਤੁਹਾਡੇ ਪਿਆਰ ਹੈ, ਨਾ ਦਇਆ ਹੈ, ਨਾ ਸੰਤੋਖ ਹੈ। ਅੱਜ ਦੀ ਪਾਵਨ ਪੌੜੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਯੋਗੀਆਂ ਨੂੰ ਇਹੀ ਸਮਝਾਇਆ। ਯੋਗੀ ਲੋਕ ਕੀ ਕਰਦੇ ਸਨ, ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਸੀ, ਇੱਕ ਝੋਲੀ ਰੱਖਦੇ ਹੁੰਦੇ ਸੀ, ਲੋਕਾਂ ਦੇ ਕੋਲ ਜੋ ਕੁਝ ਮੰਗਦੇ ਸਨ ਉਸ ਦੇ ਵਿੱਚ ਪਾ ਲੈਂਦੇ ਸੀ, ਹੱਥ ਦੇ ਵਿੱਚ ਕੰਡਾ ਫੜਦੇ ਸਨ, ਸਾਰੇ ਸਰੀਰ ਤੇ ਸਵਾਹ ਮਲ ਲੈਣੇ, ਸਾਰੇ ਸਰੀਰ ਤੇ ਸਵਾਹ ਮਲ ਲੈਣੇ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਵਿਚਾਰ ਵਟਾਂਦਰਾ ਯੋਗੀਆਂ ਦੇ ਨਾਲ ਹੋਇਆ, ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜਿਹੜੀ ਪਹਿਲੀ ਪ੍ਰਚਾਰ ਫੇਰੀ ਆਰੰਭ ਕੀਤੀ ਸੀ ਔਰ ਪਹਿਲੇ ਧਾਰਮਿਕ ਸਥਾਨ ਤੇ ਗਏ ਸਨ, ਉਹ ਸੀ ਹਰਿਦੁਆਰ। ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਅਲਮੋੜਾ ਪਹੁੰਚੇ, ਫਿਰ ਕੋਟਕ ਦੁਆਰੇ ਆਏ, ਫਿਰ ਗੋਰਖ ਮਤੇ ਆਏ। ਗੋਰਖ ਮਤਾ ਜੋਗੀਆਂ ਦਾ ਗੜ੍ਹ ਸੀ, ਗਰੁੱਪ ਸੀ ਉੱਥੇ। ਉੱਥੇ ਦੋ ਜੋਗੀਆਂ ਦੇ ਨਾਲ ਵਿਚਾਰ ਚਰਚਾ ਹੋਈ, ਇੱਕ ਦਾ ਨਾਂ ਸੀ ਝੰਗਰਨਾਥ, ਦੂਜੇ ਦਾ ਨਾਂ ਸੀ ਭੰਗਰਨਾਥ। ਗੁਰੂ ਨਾਨਕ ਦੇਵ ਜੀ ਨੇ ਜਾ ਕੇ ਉੱਥੇ ਕਿਹਾ ਕਿ ਭਾਈ ਤੁਸੀਂ ਤੇ ਦੂਰ ਪਹਾੜੀਆਂ ਤੇ ਆ ਕੇ ਸਮਾਧੀਆਂ ਲਾ ਲਈਆਂ ਹਨ, ਤੁਹਾਨੂੰ ਨਹੀਂ ਪਤਾ ਕਿ ਸੰਸਾਰ ਦੇ ਵਿੱਚ ਕੀ ਵਾਪਰ ਰਿਹਾ ਹੈ, ਤੁਹਾਨੂੰ ਅਕਾਲ ਪੁਰਖ ਨੇ ਦੁਨੀਆਂ ਤੇ ਮਲਾਹ ਬਣਾ ਕੇ ਭੇਜਿਆ ਸੀ। ਮਲਾਹ ਦਾ ਅਰਥ ਕੀ ਹੁੰਦਾ ਹੈ, ਦਰਿਆ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਛੱਡਣ ਵਾਲੇ ਨੂੰ ਮਲਾਹ ਕਹਿੰਦੇ ਹਨ, ਜਿਹੜਾ
ਮੁਸਾਫਰ ਨੂੰ ਬੇੜੀ ਦੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਛੱਡ ਕੇ ਆਉਂਦਾ। ਹੁਣ ਸੰਸਾਰ ਦੇ ਲੋਕਾਂ ਨੂੰ ਅਸੀਂ ਬੁਰਿਆਈਆਂ ਚੋਂ ਕੱਢ ਕੇ ਚੰਗਿਆਈ ਵਾਲੇ ਪਾਸੇ ਲਿਆਉਣਾ ਸੀ, ਮਲਾਹ ਸਾਂ ਅਸੀਂ। ਬਾਬਾ ਫਰੀਦ ਸਾਹਿਬ ਜੀ ਨੇ ਨੀ ਕਿਹਾ, ਫਰੀਦਾ ਜ਼ਮੀਂ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ। ਖੇਵਟ ਦਾ ਅਰਥ ਹੁੰਦਾ ਹੈ ਮਲਾਹ। ਕਹਿੰਦੇ ਜੀ ਇਹ ਜ਼ਮੀਨ ਤੇ ਆਸਮਾਨ ਦੋ ਚੀਜ਼ਾਂ ਗਵਾਹ ਹਨ ਕਿ ਜਿਨ੍ਹਾਂ ਨੂੰ ਮਲਾਹ ਬਣਾ ਕੇ ਦੁਨੀਆਂ ਤੇ ਭੇਜਿਆ ਸੀ ਉਹ ਕਿਸ ਥਾਂ ਤੇ ਗਏ। ਜ਼ਮੀਂ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ। ਜਾਲਣ ਗੋਰਾ ਨਾਲ ਸਰੀਰ ਤੇ ਅੱਗ ਦੇ ਵਿੱਚ ਸੜ ਜਾਏਗਾ, ਲੱਕੜਾਂ ਦੇ ਵਿੱਚ ਸੜ ਜਾਏਗਾ, ਪਰ ਸਾਡੇ ਕਰਮ ਨਹੀਂ ਸੜਨੇ। ਕਰਮ ਦੁਨੀਆਂ ਦੇ ਅੰਦਰ ਬੋਲਦੇ ਰਹਿਣਗੇ। ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਜਿਹੜੇ ਲੋਕਾਂ ਦੇ ਤਾਨੇ ਹਨ, ਉਲਾਮੇ ਹਨ, ਉਹ ਸਾਡੀ ਜਿੰਦ ਨੇ ਰਹਿੰਦੀ ਦੁਨੀਆਂ ਤੱਕ ਸਹਾਰਦੇ ਰਹਿਣਾ। ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰ ਵਟਾਂਦਰਾ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਕਿਹਾ, ਤੁਸੀਂ ਉੱਚੀ ਪਹਾੜੀ ਤੇ ਆ ਕੇ ਬੈਠ ਗਏ ਹੋ, ਤੁਸੀਂ ਕਹਿੰਦੇ ਇੱਥੋਂ ਰੱਬ ਦੀ ਪ੍ਰਾਪਤੀ ਹੋਵੇਗੀ। ਜਿਹੜੇ ਲੋਕਾਂ ਦੇ ਵਿੱਚੋਂ ਰੱਬ ਦੇ ਦਰਸ਼ਨ ਹੋਣੇ ਸਨ, ਪਰਿਵਾਰ ਰਿਸ਼ਤੇਦਾਰਾਂ ਦੇ ਵਿੱਚੋਂ, ਸਮਾਜ ਦੇ ਵਿੱਚੋਂ ਰੱਬ ਦੇ ਦਰਸ਼ਨ ਹੋਣੇ ਸਨ, ਉਸ ਸਮਾਜ ਨੂੰ ਜੇ ਤੁਸੀਂ ਛੱਡ ਆਏ, ਜੰਗਲਾਂ ਦੇ ਵਿੱਚ ਕੀ ਲੱਭੇਗਾ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਫਰੀਦਾ ਜੰਗਲ ਜੰਗਲ ਕਿਆ ਪਾਵੇ, ਵਨ ਕੰਡਾ ਮੋੜੇ। ਕਿ ਤੂੰ ਜੰਗਲ ਦੇ ਵਿੱਚ ਤੁਰਿਆ ਫਿਰ ਰਿਹਾ ਹੈ, ਜਦੋਂ ਤੇਰੇ ਪੈਰ ਦੇ ਵਿੱਚ ਕੰਡਾ ਚੁਭਦਾ ਹੈ ਨਾ, ਤੇ ਤੈਨੂੰ ਸਮਝ ਜਾਣਾ ਚਾਹੀਦਾ ਹੈ ਕਿ ਪ੍ਰਮਾਤਮਾ ਤੈਨੂੰ ਇੱਥੋਂ ਰੋਕ ਰਿਹਾ ਹੈ, ਕਿ ਇੱਥੋਂ ਤੈਨੂੰ ਨਹੀਂ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ। ਤੂੰ ਵਾਪਸ ਸਮਾਜ ਦੇ ਅੰਦਰ ਚਲਾ ਜਾ, ਤੈਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਜੰਗਲ ਜੰਗਲ ਕਿਆ ਪਾਵੇ, ਵਨ ਕੰਡਾ ਮੋੜੇ। ਵਸੀ ਰੱਬ ਹਿਆਲੀ ਐ ਜੰਗਲ ਕਿਆ ਤੁੰਦੇ। ਕਿ ਜੰਗਲ ਦੇ ਵਿੱਚ ਕੀ ਲੱਭਦਾ ਫਿਰ ਰਿਹਾ ਹੈ, ਪ੍ਰਮਾਤਮਾ ਨੇ ਤੇ ਤੇਰੇ ਅੰਦਰ ਹੀ ਨਿਵਾਸ ਬਣਾਇਆ ਹੋਇਆ ਹੈ, ਪ੍ਰਮਾਤਮਾ ਤੇਰੇ ਅੰਦਰ ਹੀ ਵਸ ਰਿਹਾ ਹੈ। ਹੁਣ ਕੀ ਹੁੰਦਾ ਸੀ ਕਿ ਜਿੱਥੇ ਜੋਗੀ ਲੋਕ ਰਹਿੰਦੇ ਸਨ ਪਹਾੜੀਆਂ ਤੇ, ਲਾਗੇ ਹੀ ਇੱਕ ਦੂਜੀ ਪਹਾੜੀ ਤੇ ਚੰਦ ਰਾਜ ਦੀ ਜਾਤ ਦੇ ਰਾਜੇ ਰਹਿੰਦੇ ਸਨ, ਚੰਦ ਜਾਤ ਦੇ ਰਾਜੇ ਰਹਿੰਦੇ ਸਨ। ਉਹ ਕੀ ਕਰਦੇ ਸਨ, ਵੱਡੀ ਸਾਰੀ ਇੱਕ ਦੇਵੀ ਦੇਵਤੇ ਦੀ ਮੂਰਤੀ ਹੁੰਦੀ ਸੀ, ਉਹਨਾਂ ਦੇ ਸਾਹਮਣੇ ਉਹ ਲੋਕਾਂ ਦੀਆਂ ਬਲੀਆਂ ਦਿੰਦੇ ਸਨ। ਬੰਦੇ ਨੂੰ ਫੜ ਕੇ ਲਿਆਉਣਾ, ਉੱਥੇ ਸ਼ਸਤਰ ਦੇ ਨਾਲ ਹਥਿਆਰ ਦੇ ਨਾਲ ਉਸਨੂੰ ਮਾਰ ਦੇਣਾ, ਰੱਬ ਦੇ ਨਾਮ ਉੱਤੇ ਉਹ ਮਨੁੱਖਾਂ ਦੀ ਬਲੀ ਦਿੰਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਦੇ ਲਾਗੇ ਪਹਾੜੀ ਦੇ ਝਾਤੀ ਨਹੀਂ ਮਾਰੀ, ਕਦੇ ਉਹਨਾਂ ਲੋਕਾਂ ਨੂੰ ਜਾ ਕੇ ਰੋਕਿਆ ਨਹੀਂ ਕਿ ਤੁਸੀਂ ਰੱਬ ਦੇ ਨਾਮ ਉੱਤੇ ਲੋਕਾਂ ਦੀਆਂ ਬਲੀਆਂ ਦੇ ਰਹੇ ਹੋ, ਕਿੰਨਾ ਘੋਰ ਅਤਿਆਚਾਰ ਹੋ ਰਿਹਾ। ਕਾਹਦੇ ਵਾਸਤੇ ਜੋ ਦੁਨੀਆਂ ਦੇ ਵਿੱਚ ਮੰਦੇ ਕਰਮ ਹੁੰਦੇ, ਕਾਹਦੇ ਵਾਸਤੇ ਉਸਨੇ ਜ਼ੁਬਾਨ ਖੋਲਣ ਲਈ ਤਿਆਰ ਰਹੀ। ਇਹਦੇ ਬਹੁਤ ਸੌਖਾ ਹੈ ਦੁਨੀਆਂ ਨੂੰ ਛੱਡ ਕੇ, ਸਭ ਕੁਝ ਜ਼ਿੰਮੇਵਾਰੀਆਂ ਛੱਡ ਕੇ ਬੰਦਾ ਬੈਠ ਜਾਏ ਇੱਕ ਥਾਂ ਤੇ ਜਾ ਕੇ। ਗੁਰਦੇਵ ਕਹਿੰਦੇ, ਤੁਸੀਂ ਮੈਨੂੰ ਨਾ ਕਿਹੋ ਸਰੀਰ ਤੇ ਸਵਾਮ ਮਲਣ ਲਈ, ਤੁਸੀਂ ਨਾ ਮੈਨੂੰ ਕਿਹੋ ਕਿ ਤੂੰ ਹੀ ਕੰਨਾਂ, ਤੁਸੀਂ ਵੀ ਕੰਨਾਂ ਦੇ ਵਿੱਚ ਮੁੰਦਰਾ ਪਾ ਲਓ, ਤੁਸੀਂ ਨਾ ਮੈਨੂੰ ਕਹੋ ਕਿ ਮੰਗਣ ਲੋਕਾਂ ਤੋਂ ਮੰਗਣ ਵਾਸਤੇ ਆਪਣੀ ਝੋਲੀ ਬਣਾ ਲਓ, ਤੁਸੀਂ ਨਾ ਮੈਨੂੰ ਕਿਹੋ ਕਿ ਆਪਣੇ ਕੋਲ ਵਿਸ਼ੇਸ਼ ਇੱਕ ਡੰਡਾ ਰੱਖ ਲੈ। ਕਿਉਂ? ਕਿਉਂਕਿ ਮੇਰੇ ਵਾਸਤੇ ਅਕਾਲ ਪੁਰਖ ਜੀ ਦੇ ਗੁਣ ਹੀ ਸਭ ਕੁਝ ਹਨ। ਮੰਦਾ ਸੰਤੋਖ, ਜਿਹੜਾ ਸੰਤੋਖ ਹੈ ਉਹ ਮੇਰੀਆਂ ਮੁੰਦਰਾਂ ਹਨ। ਮੰਦਾ ਸੰਤੋਖ ਸ਼ਰਮ ਪਦ ਚੋਲੀ। ਚੋਲੀ ਦਾ ਅਰਥ ਹੈ ਮੰਗਣ ਵਾਸਤੇ ਰੱਖੀ ਹੋਈ ਵਸਤੂ। ਜਿਹੜਾ ਕੱਪੜਾ ਬਣਾਇਆ ਹੋਇਆ ਸੀ ਉਸਨੂੰ ਚੋਲੀ ਖੱਪਰ ਕਹਿੰਦੇ ਸਨ। ਗੁਰੂ ਸਾਹਿਬ ਜੀ ਕਹਿੰਦੇ, ਜੇ ਜਿਹੜਾ ਮੇਰੇ ਜੀਵਨ ਦੇ ਅੰਦਰ ਮਿਹਨਤ ਵਾਲਾ ਗੁਣ ਹੈ, ਉੱਦਮ ਵਾਲਾ ਗੁਣ ਹੈ, ਜਿਹੜਾ ਮੈਂ ਜੀਵਨ ਦੇ ਵਿੱਚ ਚੰਗੇ ਕੰਮਾਂ ਵਾਲੇ ਪਾਸੇ ਉੱਦਮ ਕਰਦਾ ਹਾਂ, ਮੇਰੇ ਵਾਸਤੇ ਇਹੋ ਝੋਲੀ ਹੈ। ਹੋਰ ਤੁਹਾਡੇ ਵਾਂਗੂ ਮੈਂ ਕੋਈ ਵਿਸ਼ੇਸ਼ ਝੋਲੀ ਨਹੀਂ ਬਣਾਉਂਦੀ। ਮੰਦਾ ਸੰਤੋਖ ਸ਼ਰਮ ਪਤ ਚੋਲੀ, ਧਿਆਨ ਕੀ ਕਰੇ ਬਹਿਪੂਤ। ਕਿ ਜਿਹੜਾ ਮੇਰੀ ਰੱਬ ਦੇ ਨਾਲ ਲਿਵ ਜੁੜੀ ਹੋਈ ਹੈ, ਉਸਦੇ ਨਾਲ ਮੇਰਾ ਚਿੱਤ ਜੁੜਿਆ ਹੈ,
मेरे वास्ते ओहो है अपने शरीर ते सवा मनना। तुहाडे वांगू मैं शरीर ते सवा मन के नहीं कहांगा मैनू इस तरह रब की प्राप्ति होगी। ध्यान की करें बेकूत खिंथा काल कुआरी काया जगत। मेरे वास्ते जेड़ा पहरावा जोगी लोग पाते सन उसनू कहते सन गोदली। कहते तुहाडा पहरावा भी मैनू कोई पाउण दी लोड़ नहीं। ये जरूरी नहीं कि इसे पहरावे मेरे वास्ते जेड़ा सिर उत्ते काल मंडरा रहा है मौत मंडरा रही है मैं उस मौत नू चेते रखा मेरे वास्ते ओहो गोदली है ओहो पहरावा है। गुरदेव ने कहा ना पावन बाणी के अंदर हम आदमी हा एक दबी मोहलत मोहल न जाना। असी संसार दे लोग एक स्वास दे आसरे खड़े हां पता नहीं दूजा स्वास आवे जा ना कोई गारंटी इसते नहीं। जे तुसी बाणी दा डुंगियाई दे नाल अध्ययन करोगे ना ते बाणी दे अंदर वाक आउंदा है कि जेहो जेहे अंदाजे मौत जन्म वेले सही हो जाते हैं ओहो जे अंदाजे मौत वेले सही नहीं होते। हुण सियाणियां इस्त्रियां औरतां इस्त्री दे गर्भ तो वेख के अंदाजा लगा लैंदियां सन कि इन्ने चिर नूं इन्ने महीनियां नूं इन्ने दिनां नूं घर दे अंदर बच्चे ने जन्म लैणा है और जन्म वेले लए हुए अंदाजे बहुते सही होंदे। हुण देखो एहो जे अंदाजे जिहड़े मौत वेले लाए जांदे हन ओह बहुते सही नहीं होंदे। हुण एक बंदा बीमारी दे नाल जूझ रहा है 5-7 साल हो गए ਉਹ 5-7 ਸਾਲ ਕੱਢ ਗਿਆ ਤੇ ਘਰ ਦੇ ਅੰਦਰ ਜਿਹੜਾ ਬੜਾ ਸੋਹਣਾ ਖਾਂਦਾ ਪੀਂਦਾ ਸੀ ਬੜਾ ਸੋਹਣਾ ਘਰ ਦੇ ਵਿੱਚ ਰਹਿੰਦਾ ਸੀ ਕਾਰੋਬਾਰ ਕਰਦਾ ਸੀ ਹੱਸਦਾ ਖੇਡਦਾ ਸੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਭਾਣੇ ਵਿੱਚ ਕੀ ਹੋਇਆ ਐਕਸੀਡੈਂਟ ਹੋਇਆ ਉਸਦੀ ਮੌਤ ਹੋ ਗਈ ਕੋਈ ਹੋਰ ਘਟਨਾ ਵਾਪਰ ਗਈ ਉਸਦੀ ਮੌਤ ਹੋ ਗਈ। ਇੱਕ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਪਰਿਵਾਰ ਸਾਰਾ ਕਹਿ ਰਿਹਾ ਸੀ ਕਿ ਇਸ ਪਤਾ ਨੀ ਕੱਲ ਨੂੰ ਪਰਮਾਤਮਾ ਦਾ ਬੁਲਾਵਾ ਆ ਜਾਏ ਪਰਸੋਂ ਆ ਜਾਏ ਪਤਾ ਨੀ ਚੌਥੇ ਚੜ੍ਹਾਈ ਕਰ ਜਾਵੇ। ਇੱਕ ਇੱਕ ਦਿਨ ਗਿਣ ਰਹੇ ਸਨ ਕਹਿੰਦੇ ਸਨ ਰਾਤ ਨਿਕਲ ਗਈ ਹੈ ਪਤਾ ਨੀ ਦਿਨ ਚੜ੍ਹੇਗਾ ਕਿ ਨਹੀਂ ਇਸ ਨੇ ਚੜ੍ਹਾਈ ਕਰ ਜਾਣਾ ਹੈ ਇਸਦੀ ਡੈਥ ਹੋ ਜਾਵੇ। ਪਰ ਉਹ 7-10 ਸਾਲ ਕੱਢ ਗਿਆ ਤੇ ਜਿਸਦੇ ਬਾਰੇ ਚਿੱਤ ਚੇਤਾ ਵੀ ਨਹੀਂ ਸੀ ਉਸਨੂੰ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਬੁਲਾ ਲਿਆ ਉਸਦੀ ਪਹਿਲਾਂ ਡੈਥ ਹੋ ਗਈ। ਜਿਹੋ ਜੇ ਅੰਦਾਜੇ ਮੌਤ ਉਸ ਜਨਮ ਵੇਲੇ ਸਹੀ ਹੁੰਦੇ ਹਨ ਉਹੋ ਜੇ ਤਕਾਜੇ ਅੰਦਾਜੇ ਕਈ ਵਾਰ ਮੌਤ ਵੇਲੇ ਸਹੀ ਨਹੀਂ ਹੁੰਦੇ। ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਬਾਣੀ ਦੇ ਅੰਦਰ ਵਾਕ ਹੈ ਗੜਿੰਦਿਆ ਛੇ ਮਾਹ ਤੋੜਿੰਦਿਆ ਇੱਕ ਕਿਨੋ ਕਿ ਜਦੋਂ ਬੱਚੇ ਦੇ ਅੰਗ ਤਿਆਰ ਹੁੰਦੇ ਹਨ ਮਾਤਾ ਦੇ ਗਰਭ ਵਿੱਚ ਤੇ 6 ਮਹੀਨੇ ਲੱਗਦੇ ਨੇ 6 ਮਹੀਨੇ ਬੱਚੇ ਦੇ ਅੰਗ ਮਜ਼ਬੂਤ ਹੋਣ ਦੇ ਲੱਗਦੇ ਹਨ ਮਾਤਾ ਦੇ ਗਰਭ ਵਿੱਚ। ਬਾਬਾ ਫਰੀਦ ਜੀ ਕਹਿੰਦੇ ਹਨ ਭਗਤ ਫਰੀਦ ਸਾਹਿਬ ਜੀ ਕਹਿੰਦੇ ਹਨ 6 ਮਹੀਨੇ ਅੰਗ ਮਜ਼ਬੂਤ ਬਣਨ ਦੇ ਲੱਗੇ ਜਦੋਂ ਉਸੇ ਅੰਗਾਂ ਨੇ ਟੁੱਟਣਾ ਭੱਜਣਾ ਹੁੰਦਾ ਹੈ ਤੇ ਇੱਕ ਅੱਖ ਚਮਕਣ ਜਿੰਨਾ ਸਮਾਂ ਲੱਗਦਾ ਹੈ ਬੰਦਾ ਦੁਨੀਆਂ ਨੂੰ ਛੱਡ ਕੇ ਤੁਰ ਪੈਂਦਾ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਇੱਥੇ ਵਿਸ਼ਰਾਮ ਲੱਗੇਗਾ ਜੀ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਕਿ ਤੁਸੀਂ ਜਿਹੜੀ ਰਹਿਤ ਰੱਖਦੇ ਹੋ ਜੋਗੀਆਂ ਦੀ ਮੈਨੂੰ ਕੋਈ ਉਹ ਵੀ ਵਿਸ਼ੇਸ਼ ਤੌਰ ਤੇ ਰੱਖਣ ਦੀ ਲੋੜ ਨਹੀਂ ਮੈਂ ਆਪਣੇ ਸਰੀਰ ਤੋਂ ਵਿਕਾਰਾਂ ਤੋਂ ਰਹਿਤ ਰੱਖਾਂ ਇਹੋ ਮੇਰੇ ਵਾਸਤੇ ਜੁਗਤੀ ਪਰਮਾਤਮਾ ਨੂੰ ਮਿਲਣ ਦੀ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਗੰਡਾ ਪ੍ਰਤੀਤ ਅਕਾਲ ਪੁਰਖ ਤੇ ਸ਼ਰਧਾ ਹੋਵੇ ਸਾਡੇ ਵਾਸਤੇ ਇਹੀ ਗੰਡਾ ਆਦੇਸ਼ ਤਿਸੈ ਆਦੇਸ਼ ਉਸ ਪਰਮਾਤਮਾ ਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਗੰਡਾ ਪ੍ਰਤੀਤ ਆਈ ਪੰਥੀ 12 ਪੰਥ ਮੰਨੇ ਜਾਂਦੇ ਸਨ ਉਸ ਤੋਂ ਸਭ ਤੋਂ ਸ਼੍ਰੋਮਣੀ ਆਈ ਪੰਥ ਮੰਨਿਆ ਜਾਂਦਾ ਸੀ। ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਸ਼੍ਰੋਮਣੀ ਪੰਥ ਕਿਹੜਾ ਹੈ ਸਗਲ ਜਮਾਤੀ ਸਾਰੇ ਲੋਕਾਂ ਨੂੰ ਇੱਕੋ ਜਮਾਤ ਦਾ ਮੰਨਣਾ ਇੱਕੋ ਰੱਬ ਦੇ ਬੱਚੇ ਮੰਨਣਾ ਇਹੀ ਮੇਰੇ ਵਾਸਤੇ ਸਭ ਤੋਂ ਸ਼੍ਰੋਮਣੀ ਪੰਥ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ ਮਨ ਜਿੱਤਣਾ ਤੇ ਔਖਾ ਹੈ।
ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸਗੋਂ ਇਹ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਮਿਲ ਤੇਰਾ ਆਪ ਇਹ ਕਿਸੇ ਆਦੇਸ਼ ਉਸ ਅਕਾਲ ਪੁਰਖ ਨੂੰ ਬਾਰ ਬਾਰ ਨਮਸਕਾਰ ਹੈ ਆਦ ਜੋ ਮੁੱਢ ਤੋਂ ਹੈ ਅਨੀਲ ਜਿਸ ਦੇ ਉੱਤੇ ਕੋਈ ਕਲੰਕ ਨਹੀਂ ਕੋਈ ਮਿਲਾਵਟ ਨਹੀਂ ਆਦ ਅਨੀਲ ਅਨਾਹਤ ਅਨਾਦ ਜਿਸ ਦਾ ਉਰਲਾ ਤੇ ਪਾਰਲਾ ਬੰਨਿਆ ਨਹੀਂ ਬੰਨਾ ਨਹੀਂ ਲੱਭਿਆ ਜਾ ਸਕਦਾ ਅਨਾਹਤ ਜਿਹੜਾ ਕਿਸੇ ਹੱਦ ਬੰਨੇ ਦੇ ਵਿੱਚ ਨਹੀਂ ਆਉਂਦਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਉਹ ਹਮੇਸ਼ਾ ਦੁਨੀਆਂ ਦੇ ਵਿੱਚ ਵਸਿਆ ਹੋਇਆ ਹੈ ਰਹਿਣ ਵਾਲਾ ਹੈ ਇਹ ਨਹੀਂ ਕਿ ਦੁਨੀਆਂ ਨਹੀਂ ਰਹੇਗੀ ਤੇ ਅਕਾਲ ਪੁਰਖ ਨਹੀਂ ਹੋਏਗਾ ਅਕਾਲ ਪੁਰਖ ਹਮੇਸ਼ਾ ਵਾਸਤੇ ਹੈ ਹੋਈਆਂ ਭੁੱਲਾਂ ਦੀ ਖਿਮਾ ਆਪ ਸਰਬੱਤ ਸੰਗਤ ਦੀ ਪਾਸੋਂ ਮੰਗਦੇ ਹਾਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਫਤਿਹ ਨਾਲ ਸਾਂਝ ਪਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਸਾਹਿਬ ਭਾਈ ਜਿੰਦਰ ਸਿੰਘ ਜੀ ਸਵਰਾ ਜੀ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਵਿੱਤਰ ਬਾਣੀ ਦੇ ਵਿਚਾਰ ਸਰਵਣ ਟਾਲ ਕੇ ਗੁਰੂ ਦੇ ਨਾਲ ਜੋੜਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਓ ਹੁਣ ਸਾਰੇ ਰਲ ਮਿਲ ਕੇ ਰਸਨਾ ਨੂੰ ਕਰੀਏ ਪਵਿੱਤਰ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਕੋਈ ਵੀ ਐਸੀ ਰਸਨਾ ਵਾਂਝੀ ਨਾ ਰਹੇ ਆਓ ਸਾਰੇ ਆਨੰਦ ਸਾਹਿਬ ਬਾਣੀ ਦਾ ਜਾਪ ਕਰੀਏ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾ ਔਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗਲਾ ਸਮਰੱਥ ਸੁਹਾਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਦਾ ਰੋ ਤਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਘਰ ਸੁਭਾਗੇ ਸ਼ਬਦ ਵਾਜੇ ਕਰਾ ਜਿਸ ਕਰ ਧਾਰੀਆ ਕਰਮ ਪਾਇਆ ਜਿਨ ਕੋ ਸਿਨਾ ਮਾਰ ਕੇ ਲਾ ਕੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰੇ ਆਪਰ ਪੂਰੇ
माता तख्त महत चंगिया बुरिया पाचा धर्म दूर जिन्नी नाम ते आया गए मुसकत कार जिन्नी नाम ते आया गए मुसकत कार वाहिगुरु जी का खालसा वाहिगुरु जी की फतेह फतेह वाहिगुरु जी का खालसा।